स्टूडेंट्स इंग्लिश का लेक्चर इंग्लिश हियर फॉर द लेसन द मून बीनीथ द अर्थ इज सेशन बाय कुलवंत सिंह वीक सेशन ऑफ द लेसन एंड एक्सरसाइज ऑफ द लेसन विल बी नरेटर एंड लेट अस स्टार्ट नाउ। कुलवंत सिंह वीक वाज एन ऑथर हु रोड मोस्टली इन पंजाबी बट एक्सटेंसली इन इंग्लिश ऑल्सो। कुलवंत सिंह वीक वो लेखक है जिसने पंजाबी विच ज़्यादा लिखा पर बहुत ज़्यादा उसने इंग्लिश विच भी लिखा। His short stories were translated into several other languages, including Russian and Japanese. ਉਹਦੀਆਂ ਭਾਸ਼ਾਵਾਂ ਉਸਦੀਆਂ ਸ਼ਾਰਟ ਸਟੋਰੀਜ਼ ਦਾ ਅਨੁਵਾਦ ਰਸ਼ੀਆ ਅਤੇ ਜਾਪਾਨ ਦੀਆਂ ਭਾਸ਼ਾਵਾਂ ਦੇ ਵਿੱਚ ਵੀ ਹੋਇਆ। ਹਿਜ਼ ਰਾਈਟਿੰਗਸ ਵੌਨ ਸੈਵਰਲ ਅਵਾਰਡਸ। ਉਸਦੀਆਂ ਰਾਈਟਿੰਗਸ ਨੂੰ ਕੋਈ ਇਨਾਮ ਮਿਲੇ। ਇਨ 1958 ਹੀ ਵਨ ਇਜ ਫਸਟ ਅਵਾਰਡ ਫਾਰ ਹਿਜ ਸ਼ਾਰਟ ਸਟੋਰੀ ਕੰਪਲੀਸ਼ਨ ਟਾਈਟਲ ਦੁੱਧ ਦਾ ਛੱਪੜ ਕੀਤੀ ਸੀਗੀ। ਦੁੱਧ ਦਾ ਛੱਪੜ 1958 ਵਿੱਚ ਉਸ ਲਈ ਉਹਨੂੰ ਇਨਾਮ ਮਿਲਿਆ। ਹੀ ਵਨ ਦਾ ਨੈਸ਼ਨਲ ਸਾਹਿਤਿਆ ਅਕੈਡਮੀ ਅਵਾਰਡ ਇਨ 1968। 1968 ਵਿੱਚ ਨੈਸ਼ਨਲ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ। ਨਵੇਂ ਲੋਕ ਫਾਰ ਹਿਜ ਸ਼ਾਰਟ ਕੰਪਲੀਸ਼ਨ ਨਵੇਂ ਲੋਕ। ਹੀ ਵਾਜ ਆਲਸੋ ਰਿਕੋਗਨਾਈਜ਼ਡ ਬਾਏ ਦ ਲਿਟਰੇਰੀ ਫੋਰਮ ਆਫ ਕੈਨੇਡਾ ਇਨ 1984। 1984 ਵਿੱਚ ਉਸਨੇ ਕੈਨੇਡਾ ਦੀ ਲਿਟਰੇਰੀ ਫੋਰਮ ਲਿਟਰੇਚਰ ਦੇ ਤੋਂ ਵੀ ਪ੍ਰਭਾਵਿਤ ਹੋਏ। ਕਲੇਮ ਫਾਰ ਇਸ ਕੰਟਰੀਬਿਊਸ਼ਨ ਟੂ ਲਿਟਰੇਚਰ ਬਾਏ ਦਾ ਪੰਜਾਬ ਸਾਹਿਤ ਅਕੈਡਮੀ ਇਨ 1986। 1986 ਵਿੱਚ ਪੰਜਾਬ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ ਹੈ। ਅੰਡਰਵਰਡਸ ਨੂੰ ਨੋਟ ਕਰ ਲਓ ਅਤੇ ਯਾਦ ਕਰ ਲੈਣਾ। ਮਾਨ ਸਿੰਘ ਐਂਡ ਕਰਮ ਸਿੰਘ ਆਰ ਟੂ ਫਰੈਂਡਸ ਸਰਵਿੰਗ ਇਨ ਦਾ ਸੇਮ ਰੈਜੀਮੈਂਟ। ਸਟੋਰੀ ਕਿਸਦੀ ਹੈ? ਮਾਨ ਸਿੰਘ ਅਤੇ ਕਰਮ ਸਿੰਘ ਦੀ। ਦੋਨੋਂ ਦੋਸਤ ਹੈ ਅਤੇ ਇੱਕ ਹੀ ਰੈਜੀਮੈਂਟ ਦੇ ਵਿੱਚ ਕੰਮ ਕਰਦੇ ਆ। ਐਂਡ ਦਿਸ ਇਜ਼ ਆਲਸੋ ਆਨਸਰ ਟੂ ਦਾ ਫਸਟ ਕੁਐਸਚਨ, ਹੂ ਵਰ ਮਾਨ ਸਿੰਘ ਐਂਡ ਕਰਮ ਸਿੰਘ? ਮਾਨ ਸਿੰਘ ਐਂਡ ਕਰਮ ਸਿੰਘ ਵਰ ਟੂ ਫਰੈਂਡਸ ਵਿਚ ਇਜ਼ ਕਰਮ ਸਿੰਘ ਹਾਊਸ ਵੈਨ ਹੀ ਇਜ਼ ਔਨ ਲੀਵ। ਮਾਨ ਸਿੰਘ ਕਰਮ ਸਿੰਘ ਦੇ ਘਰ ਜਾਂਦਾ ਜਦੋਂ ਉਹ ਛੁੱਟੀ 'ਤੇ ਹੁੰਦਾ। ਦਿਸ ਇਜ਼ ਆਨਸਰ ਟੂ ਥਰਡ ਕੁਐਸਚਨ, ਵੇਅਰ ਡਿਡ ਮਾਨ ਸਿੰਘ ਗੋ ਵੈਨ ਹੀ ਗੋਟ ਅ ਫਿਊ ਡੇਜ਼ ਲੀਵ? ਕਿੱਥੇ ਗਿਆ ਮਾਨ ਸਿੰਘ ਆਪਣੇ ਦੋਸਤ ਦੇ ਘਰ? ਹੀ ਫਾਈਂਡਸ ਦੈਟ ਦ ਮੈਂਬਰਸ ਆਫ ਕਰਮ ਸਿੰਘ ਫੈਮਿਲੀ ਆਰ ਟੂ ਫਾਰਮਲ ਟਵਾਰਡਸ ਹਿਮ। ਜਦੋਂ ਉਹ ਜਾਂਦਾ ਤਾਂ ਉਸਨੂੰ ਲੱਗਦਾ ਹੈ ਕਿ ਕਰਮ ਸਿੰਘ ਦੇ ਪਰਿਵਾਰ ਦੇ ਮੈਂਬਰ ਉਸ ਨਾਲ ਰਸਮੀ ਗੱਲਬਾਤ ਕਰ ਰਹੇ ਆ। ਹੀ ਇਜ਼ ਬਿਟਲੀ ਡਿਸਮੇਡ ਐਟ ਦੀਅਰ ਬਿਹੇਵੀਅਰ। ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦਾ ਉਹਨਾਂ ਦੇ ਵਤੀਰੇ ਤੋਂ। ਬਟ ਲੇਟਰ ਔਨ ਹੀ ਕਮਸ ਟੂ ਨੋ ਦਾ ਰੀਜ਼ਨ ਆਫ ਦੀਅਰ ਡਰਾਈਡ ਮੈਨਰ। ਪਰ ਬਾਅਦ ਵਿੱਚ ਉਸਨੂੰ ਉਹਨਾਂ ਦੇ ਇਸ ਖੁਸ਼ ਵਤੀਰੇ ਦੇ ਬਾਰੇ ਬਿਹੇਵੀਅਰ ਬਾਰੇ ਪਤਾ ਲੱਗਦਾ। ਦੇ ਹੈਡ ਰਿਸੀਵ ਦ ਨਿਊਜ਼ ਆਫ ਦੇਅਰ ਸੰਸ ਡੈਥ, ਅ ਟ੍ਰੈਜਿਕ ਨਿਊਜ਼ ਦੈਟ ਦੇ ਕੀ ਫਰੋਮ ਹਿਜ ਫਰੈਂਡ ਮਾਨ ਸਿੰਘ। ਉਹਨਾਂ ਨੇ ਇੱਕ ਬੜੀ ਦੁਖਦਾਈ ਖਬਰ ਉਹਨਾਂ ਦੇ ਪੁੱਤਰ ਦੇ ਮੌਤ ਦੀ ਹੁੰਦੀ ਹੈ, ਜਿਹੜੇ ਕਿ ਉਹ ਉਸਦੇ ਦੋਸਤ ਮਾਨ ਸਿੰਘ ਤੋਂ ਛੁਪਾ ਕੇ ਰੱਖਦੇ ਹੈ। ਐਂਡ ਠੱਠੀ ਖਾੜਾ ਵਾਜ਼ ਨੋਟ ਫਾਰ ਫਰੋਮ ਅੰਮ੍ਰਿਤਸਰ। ਠੱਠੀ ਖਾੜਾ ਅੰਮ੍ਰਿਤਸਰ ਤੋਂ ਦੂਰ ਨਹੀਂ ਸੀ। ਐਂਡ ਇਟ ਵਾਜ਼ ਵਨ ਆਫ ਦ ਮੋਸਟ ਕਨਵੀਨੀਅੰਟਲੀ ਸਿਚੁਏਟਡ ਵਿਲੇਜ ਰਾਈਟ ਔਨ ਦਾ ਪੱਕਾ ਮਿਟਾਲਡ ਰੋਡ। ਅਤੇ ਇੱਕ ਤੋਂ ਜ਼ਿਆਦਾ ਚੰਗੀ ਜਗ੍ਹਾ 'ਤੇ ਸਥਿਤ ਪਿੰਡਾਂ ਦੇ ਵਿੱਚੋਂ ਇੱਕ ਸੀ, ਜਿਹੜਾ ਕਿ ਪੱਕੀ ਸੜਕ ਦੇ ਸੱਜੇ ਪਾਸੇ ਸੀ। ਬਟ ਦਾ ਹੈਪੀ ਇੰਪਲਸ ਵਿਚ ਹੈਡ ਇੰਸਪਾਇਰਡ ਮਾਨ ਸਿੰਘ ਜਰਨੀ ਵੁੱਡ ਹੈਵ ਮੇਡ ਐਨੀ ਡਿਸਟੈਂਸ ਸੀਮ ਜੋਏਫੁਲੀ ਸ਼ੋਰਟ। ਭਾਵਨਾ ਨੇ ਖੁਸ਼ੀ ਭਰੀ ਨੇ ਜਿਸ ਨੂੰ ਮਾਨ ਸਿੰਘ ਨੂੰ ਪ੍ਰੇਰਿਤ ਕੀਤਾ ਸੀ ਯਾਤਰਾ ਦੇ ਵਾਸਤੇ ਉਸਦੀ ਦੂਰੀ ਨੂੰ ਖੁਸ਼ੀ ਭਰਿਆ ਬਣਾ ਦਿੱਤਾ। ਆਲਦੋ ਦ ਸ਼ੇਡਸ ਆਫ ਦ ਈਵਨਿੰਗ ਵਰ ਫਾਸਟ ਸਪਰੈਡਿੰਗ, ਚਾਹੇ ਤੇਜ਼ੀ ਨਾਲ ਸ਼ਾਮ ਹੋ ਰਹੀ ਸੀ। ਐਂਡ ਦ ਟਾਇਰ ਟੋਂਗਾ ਪੋਨੀ ਸਟੈਪਸ ਫੈਲ ਈਵਨ ਮੋਰ ਲਿਬੋਰੀਅਸਲੀ ਔਨ ਦ ਰੋਡ। ਅਤੇ ਥੱਕੇ ਹੋਏ ਘੋੜੇ ਦੇ ਕਦਮਾਂ ਦੀ ਚਾਲ ਵੀ ਮੱਠੀ ਪੈ ਗਈ ਸੀ। ਸਿੰਘ ਵਾਜ਼ ਨੋਟ ਐਟ ਆਲ ਵਰੀਡ। ਫਿਰ ਵੀ ਮਾਨ ਸਿੰਘ ਨੂੰ ਕੋਈ ਚਿੰਤਾ ਨਹੀਂ ਸੀ। ਮਾਨ ਸਿੰਘ ਆ ਯੰਗ ਆਰਮੀ ਮੈਨ ਔਨ ਲੀਵ ਫਰੋਮ ਹਿਜ਼ ਰੈਜੀਮੈਂਟ। ਜਵਾਨ ਯੰਗ ਆਰਮੀ ਮੈਨ ਸੀ। ਵਾਜ਼ ਗੋਇੰਗ ਟੂ ਹਿਜ਼ ਫਰੈਂਡ ਕਰਮ ਸਿੰਘ ਵਿਲੇਜ। ਵੀ ਹੈਵ ਆਲਰੇਡੀ ਡਿਸਕਸ, ਹੀ ਵਾਜ਼ ਗੋਇੰਗ ਟੂ ਹਿਜ਼ ਫਰੈਂਡ ਕਰਮ ਸਿੰਘ ਵਿਲੇਜ। ਦਿਸ ਮੇ ਬੀ ਇਨਕਲੂਡਡ ਇਨ ਥਰਡ ਆਨਸਰ। ਨਾਓ ਵੇਅਰ ਡੂ ਮੈਨ ਫਰੋਮ ਡੀਪਰ ਫਰੋਮ ਫਰੈਂਡਸ਼ਿਪ ਦੈਨ ਇਨ ਦਾ ਆਰਮੀ। ਨਾਲੇ ਆਰਮੀ ਨਾਲੋਂ ਜ਼ਿਆਦਾ ਪੱਕੀ ਦੋਸਤੀ ਹੋਰ ਕਿੱਥੇ ਹੋ ਸਕਦੀ ਹੈ, ਡੂੰਗੀ ਦੋਸਤੀ। ਮਾਨ ਸਿੰਘ ਐਂਡ ਕਰਮ ਸਿੰਘ ਹੈਡ ਬੀਨ ਇਨ ਦਾ ਸੇਮ ਰੈਜੀਮੈਂਟਲ ਸੈਂਟਰ। ਮਾਨ ਸਿੰਘ ਅਤੇ ਕਰਮ ਸਿੰਘ ਇੱਕੋ ਰੈਜੀਮੈਂਟ ਸੈਂਟਰ ਦੇ ਵਿੱਚ ਸੀ। ਐਂਡ ਵਰ ਨਾਓ ਸਰਵਿੰਗ ਟੂਗੈਦਰ ਇਨ ਅ ਬਟਾਲੀਅਨ ਔਨ ਦਾ ਬਰਮਾ ਫਰੰਟ। ਅਤੇ ਫਿਰ ਉਹ ਬਰਮਾ ਦੇ ਫਰੰਟ 'ਤੇ ਵੀ ਇਕੱਠੇ ਕੰਮ ਕਰ ਰਹੇ ਸੀ। ਕਰਮ ਸਿੰਘ ਹੈਡ ਜੁਆਇੰਡ ਅਪ ਅਰਲੀਅਰ ਐਂਡ ਵਾਜ਼ ਨਾਓ ਹੀ ਹਵਲਦਾਰ। ਕਰਮ ਸਿੰਘ ਨੇ ਪਹਿਲਾਂ ਜੁਆਇਨ ਕਰ ਲਿਆ ਸੀ, ਹੁਣ ਉਹ ਹਵਲਦਾਰ ਬਣ ਗਿਆ ਸੀ। ਐਂਡ ਮਾਨ ਸਿੰਘ ਹੈਡ ਜਸਟ ਗੋਟ ਟੂ ਨਾਇਕ ਰੈਂਕ। ਅਤੇ ਮਾਨ ਸਿੰਘ ਸਿਰਫ ਨਾਇਕ ਦੇ ਰੈਂਕ ਤੱਕ ਪਹੁੰਚਿਆ ਸੀ। ਦਿਸ ਇਜ਼ ਆਨਸਰ ਟੂ ਸੈਕਿੰਡ ਕੁਐਸਚਨ, ਵਟ ਵਰ ਦਾ ਡੈਜੀਗਨੇਸ਼ਨਸ ਆਫ ਕਰਮ ਸਿੰਘ ਐਂਡ ਮਾਨ ਸਿੰਘ ਇਨ ਦਾ ਆਰਮੀ, ਕਿ ਉਹਨਾਂ ਦੇ ਕਿਹੜੇ ਕਿਹੜੇ ਅਹੁਦੇ ਸਨ? ਕਰਮ ਸਿੰਘ ਹਵਾਲਦਾਰ ਸੀ ਅਤੇ ਮਾਨ ਸਿੰਘ ਨਾਇਕ ਸੀ। ਮੈਨੀ ਇਨ ਕਰਮ ਸਿੰਘ ਵਿਲੇਜ ਆਲਵੇਜ਼ ਕੈਪਟ ਇਨਕੁਆਇਰਿੰਗ ਫਰੋਮ ਹਿਜ਼ ਫਾਦਰ ਅਬਾਊਟ ਹਿਜ਼ ਨੈਕਸਟ ਲੀਵ।
ਕਰਮ ਸਿੰਘ ਦੇ ਪਿੰਡ ਵਿੱਚ ਬਹੁਤ ਜ਼ਿਆਦਾ ਉਸਦੇ ਪਿਤਾ ਤੋਂ ਉਸਦੀ ਅਗਲੀ ਛੁੱਟੀ ਬਾਰੇ ਪੁੱਛਦੇ ਰਹਿੰਦੇ। ਹੀ ਵਾਜ਼ ਅ ਹਰਟੀ ਫਰੈਂਡਲੀ ਕਰੈਕਟਰ। ਕਰਮ ਸਿੰਘ ਦਾ ਕਰੈਕਟਰ ਸਕੈਚ ਲਿਖਣ ਲਈ ਇਹ ਲਾਈਨਸ ਤੁਹਾਨੂੰ ਹੈਲਪਫੁਲ ਹੋਣਗੀਆਂ। ਉਹ ਬਹੁਤ ਹੀ ਦਿਲਦਾਰ ਦੋਸਤ ਸੀ। ਹੀ ਹੈਡ ਅ ਮੋਸਟ ਐਗਰੀਵਲ ਮੈਨਰ ਆਫ ਸਪੀਚ ਐਂਡ ਪੀਪਲ ਲਵ ਟੂ ਸਿਟ ਬਾਈ ਹਿਸ ਸਾਈਡ। ਉਹ ਬਹੁਤ ਜ਼ਿਆਦਾ ਸਲੀਕੇ ਨਾਲ ਗੱਲ ਕਰਦਾ ਸੀ ਅਤੇ ਕੋਲ ਬੈਠ ਕੇ ਗੱਲਾਂ ਸੁਣੀਆਂ ਪਸੰਦ ਕਰਦੇ ਸੀ। ਐਂਡ ਲਿਸਨ ਟੂ ਹਿਸ ਟੇਲਸ ਆਫ ਵਾਰ ਐਂਡ ਐਡਵੈਂਚਰ। ਅਤੇ ਉਸਦੇ ਯੁੱਧ ਅਤੇ ਹੌਸਲੇ ਦੀਆਂ ਕਹਾਣੀਆਂ ਸੁਣਦੇ। ਨੋਟ ਦ ਓਨਲੀ ਸਰਵਿੰਗ ਯੂਥ ਫਰੋਮ ਦੈਟ, ਨਹੀਂ ਸੀ ਜਿਹੜਾ ਕਿ ਉੱਥੇ ਕੰਮ ਕਰ ਰਿਹਾ ਦੈਟ ਵਿਲੇਜ, ਦੇ ਵਰ ਅਦਰਸ ਟੂ, ਹੋਰ ਵੀ ਬਹੁਤ ਕਈ ਸਨ। ਬਟ ਵੈਨ ਦੇ ਕੇਮ ਹੋਮ ਦੇ ਵਰ ਐਟ ਅ ਲੋਸ ਫਾਰ ਟੋਪਿਕਸ ਟੂ ਮੇਕ ਕਨਵਰਸੇਸ਼ਨ ਵਿਦ ਦਾ ਵਿਲੇਜ ਫੋਕ। ਪਰ ਜਦੋਂ ਘਰ ਆਉਂਦੇ ਤਾਂ ਉਹਨਾਂ ਨੂੰ ਕੀ ਸੀ, ਪਿੰਡ ਦੇ ਲੋਕਾਂ ਦੇ ਨਾਲ ਉਹ ਇੰਨੀਆਂ ਗੱਲਾਂ ਉਹ ਨਹੀਂ ਸਨ ਕਰਦੇ। ਮੈਨੀ ਪੀਪਲ ਦੇ ਯੂ ਨੋ ਗੋ ਬਿਯੋਂਡ ਦੈਨ ਯੂਜ਼ਲ ਫੋਰਮ ਗਰੀਟਿੰਗ। ਬੜੇ ਸਾਰੇ ਲੋਕ ਆਮ ਸਧਾਰਨ ਗੱਲਬਾਤ ਕਰਦੇ। ਇਟ ਵਾਜ਼ ਡਿਫਰੈਂਟ ਵਿਦ ਕਰਮ ਸਿੰਘ। ਪਰ ਕਰਮ ਸਿੰਘ ਦੀ ਗੱਲ ਹੋਰ ਸੀ। ਵੈਨ ਹੀ ਵਾਜ਼ ਐਟ ਹੋਮ ਦੇਅਰ ਮੈਨ ਆਲਵੇਜ਼ ਮੈਨੀ ਮੋਰ ਪੀਪਲ ਐਟ ਦਾ ਵੈਲ ਇਨ ਦਾ ਮੋਰਨਿੰਗ ਫਾਰ ਬੈਦਿੰਗ ਐਂਡ ਦੇ ਆਲਵੇਜ਼ ਸਟੇ ਲੋਂਗਰ ਦੈਨ ਯੂਜ਼ਲ। ਤਾਂ ਹਮੇਸ਼ਾ ਖੂਹ 'ਤੇ ਜ਼ਿਆਦਾ ਲੋਕ ਇਕੱਠੇ ਹੁੰਦੇ ਜਦੋਂ ਕਰਮ ਸਿੰਘ ਹੁੰਦਾ, ਅਤੇ ਕਾਫੀ ਦੇਰ ਉਹ ਉੱਥੇ ਬੈਠੇ ਰਹਿੰਦੇ। ਇਨ ਵਿੰਟਰ ਪੀਪਲ ਸੈਟ ਬਾਏ ਦਾ ਡਾਇੰਗ ਫਾਇਰ ਆਫ ਦਾ ਗ੍ਰਾਮ ਪਾਰਚਸ ਓਨ ਟਿਲ ਮਿਡ ਨਾਈਟ। ਅਤੇ ਸ਼ਾਮ ਨੂੰ ਫਿਰ ਉਹ ਕਿੱਥੇ ਮੋਰਨਿੰਗ ਦੇ ਵਿੱਚ ਉਹ ਵੈਲ ਦੇ ਉੱਪਰ ਬੈਠੇ ਹੁੰਦੇ। ਇਹਨਾਂ ਦੇ ਵਿੱਚ ਉਹ ਕਿੱਥੇ ਬੈਠਦੇ ਸੀ, ਅੱਗ ਦੇ ਕੋਲ, ਜੇ ਪਿੰਡ ਦੇ ਭੱਠੀ ਤੋਂ ਦਾਣੇ ਬਣਾਉਂਦੇ ਸਨ ਉਸ ਭੱਠੀ ਦੇ ਕੋਲ ਬੈਠੇ ਰਹਿੰਦੇ ਟਿਲ ਮਿਡ ਨਾਈਟ, ਅੱਧੀ ਰਾਤ ਤੱਕ। ਕਰਮ ਸਿੰਘ ਕੀਪਿੰਗ ਅਪ ਐਨ ਅਨਬਰੋਕਨ ਲਾਈਵਲੀ ਕੋਰਸ ਆਫ ਡਿਸਕਸ਼ਨ। ਕਰਮ ਸਿੰਘ ਹਮੇਸ਼ਾ ਆਪਣੀ ਜ਼ਿੰਦਾ ਦਿਲ ਗੱਲਬਾਤ ਜਾਰੀ ਰੱਖਦਾ। ਇਨ ਹਿਜ਼ ਰੈਜੀਮੈਂਟ ਕਰਮ ਸਿੰਘ ਵਾਜ਼ ਫੇਮਸ ਐਜ਼ ਅ ਕਰੈਕ ਸ਼ੋਟ। ਆਪਣੀ ਰੈਜੀਮੈਂਟ ਦੇ ਵਿੱਚ ਕਰਮ ਸਿੰਘ ਇੱਕ ਪ੍ਰਸਿੱਧ ਨਿਸ਼ਾਨੇਬਾਜ਼ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਇਹ ਰਾਈਫਲ ਸ਼ੂਟਿੰਗ, ਰਾਈਫਲ ਕੰਪੀਟੀਸ਼ਨਸ, ਹਿਸ ਬੁਲੇਟ ਸਟੋਰ ਦਾ ਮਿਡਲ ਆਫ ਦਾ ਟਾਰਗੇਟ ਵਿਦ ਸੱਚ ਪ੍ਰਸੀਜ਼ਨ ਦੈਟ ਇਟ ਪੀਅਰਡ ਐਜ਼ ਇਫ ਇਟ ਹੈਡ ਬੀਨ ਨੀਡਰ ਥਾਊਟ ਬਾਈ ਹੈਂਡ। ਕੰਪੀਟੀਸ਼ਨ ਜਦੋਂ ਵੀ ਗੋਲੀਆਂ ਚਲਾਉਣ ਦਾ ਹੁੰਦਾ ਤਾਂ ਉਸ ਟਾਰਗੇਟ ਦੇ ਵਿੱਚ ਉਹ ਇੰਨੀ ਪਰਪੱਕਤਾ ਦੇ ਨਾਲ ਗੋਲੀ ਮਾਰਦਾ, ਇੱਦਾਂ ਲੱਗਦਾ ਕਿ ਜਿਵੇਂ ਇਸ ਨੂੰ ਉਸਨੇ ਹੱਥ ਨਾਲ ਕੱਢਿਆ ਹੋਵੇ ਗੋਲੀ ਨੂੰ। ਡਿਊਰਿੰਗ ਦਾ ਵਾਰ ਮੈਨੀ ਆ ਜੈਪਨੀਜ਼ ਸੋਲਜਰ ਹਾਈਡਿੰਗ ਹਿਮਸੈਲਫ ਇਨ ਦਾ ਬ੍ਰਾਂਚਿਸ ਆਫ ਅ ਟ੍ਰੀ ਹੈਡ ਫਾਲਨ ਅਨਕੇਨਲੀ ਟੂ ਹਿਜ਼ ਅਵੇਜ਼ਿੰਗ ਸ਼ੋਰਸ। ਅਤੇ ਯੁੱਧ ਦੇ ਦੌਰਾਨ ਕਈ ਜਪਾਨੀ ਫੌਜੀ ਜਿਹੜੇ ਦਰੱਖਤ ਦੀਆਂ ਟਹਿਣੀਆਂ ਵਿੱਚ ਲੁਕੇ ਹੁੰਦੇ ਸਨ, ਅਜੀਬ ਤਰੀਕੇ ਦੇ ਨਾਲ ਉਸ ਦੀਆਂ ਤਬਾਹ ਕਰਨ ਵਾਲੀਆਂ ਨਿਸ਼ਾਨੀਆਂ ਨਾਲ ਹੇਠਾਂ ਡਿੱਗਦੇ ਸਨ। ਦਸ ਹੀ ਪੇਡ ਆਫ ਦਾ ਸਕੋਰਸ ਫਾਰ ਹਿਸ ਕਾਮਰੇਡਸ ਕਿਲਡ ਬਾਈ ਜੈਪਨੀ ਬੁਲਸ। ਐਂਡ ਫਿਰ ਉਹਦੇ ਸਾਥੀਆਂ ਨੂੰ ਜਪਾਨੀਆਂ ਨੇ ਮਾਰਿਆ ਹੁੰਦਾ, ਉਹਦਾ ਹਿਸਾਬ ਉਹ ਆਪਣੀਆਂ ਗੋਲੀਆਂ ਨਾਲ ਚੁੱਕਤਾ ਕਰਦਾ। ਐਂਡ ਅਜ਼ਾਰਡ ਮੀਨਸ ਲੈਸ ਹਰਟ। ਅਤੇ ਅਜ਼ਾਰਡ ਟੂ ਮੇਕ ਐਨ ਅਨਪਲੈਜ਼ੈਂਟ ਫੀਲਿੰਗ, ਉਸ ਨੂੰ ਉਸਦੀ ਉਦਾਸੀ ਨੂੰ ਉਹ ਘਟਾਉਂਦਾ। ਵੇਅਰ ਆ ਹੋਲ ਮਸ਼ੀਨ ਗਨ ਮੈਗਜ਼ੀਨ ਫੇਲ ਟੂ ਗੇਨ ਇਟਸ ਓਬਜੈਕਟ। ਜਦੋਂ ਮਸ਼ੀਨ ਗਨ ਆਪਣੇ ਓਬਜੈਕਟ ਤੋਂ ਨਿਸ਼ਾਨੇ ਤੋਂ ਚੁੱਕ ਜਾਂਦੀ, ਕਰਮ ਸਿੰਘ ਵਨ ਬੁਲਟ ਸਫਾਈਸ। ਕਰਮ ਸਿੰਘ ਦੀ ਇੱਕ ਗੋਲੀ ਕਾਫੀ ਹੁੰਦੀ। ਆਲ ਦੋ ਹਿਸ ਲਿਮਸ ਐਡ ਨੋਟ ਨਾਓ ਲੋਸ ਦਾ ਸਫਲਨੈਸ ਆਫ ਜੂਥ। ਭਾਵੇਂ ਕਿ ਹੁਣ ਉਸਦੇ ਸਰੀਰ ਦੇ ਵਿੱਚੋਂ ਜਵਾਨੀ ਵਾਲੀ ਫੁਰਤੀ ਅਤੇ ਨਰਮਾਈ ਖਤਮ ਹੋ ਚੁੱਕੀ ਸੀ। ਐਂਡ ਹਿਸ ਫੀਟਸ ਇਨ ਦਾ ਜਮਨੇਜ਼ੀਅਮ ਸਟਿਲ ਲੈਫਟ ਪੀਪਲ ਵੰਡਰਿੰਗ। ਪਰ ਜਦੋਂ ਉਹ ਜਮਨੇਜ਼ੀਅਮ ਦੇ ਵਿੱਚ ਆਪਣੇ ਪੈਰ ਮਾਰਦਾ, ਜਮਨੇਜ਼ੀਅਮ ਦੇ ਕਾਰਨਾਮੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੰਦੇ। ਡਿਊਰਿੰਗ ਦਾ ਵਾਰ ਡੇ ਜਿਮਨਾਸਟਿਕਸ ਐਂਡ ਮੈਨੀ ਅਦਰ ਥਿੰਗਸ ਐਟ ਆਫ ਕੋਰਸ ਬੀਨ ਸਸਪੈਂਡਿੰਗ। ਲੜਾਈ ਦੇ ਦਿਨਾਂ ਵਿੱਚ ਜਿਮਨਾਸਟਿਕ ਅਤੇ ਹੋਰ ਚੀਜ਼ਾਂ ਖਤਮ ਕਰ ਦਿੱਤੀਆਂ ਜਾਂਦੀਆਂ। ਦੇਅਰ ਆਰ ਨੋ ਪਰੇਡਸ ਇਨ ਯੂਨੀਫੋਰਮ ਲੈਡ ਬਾਈ ਬੈਂਡਸ। ਅਤੇ ਕੋਈ ਵੀ ਪਰੇਡ ਨਾ ਹੁੰਦੀ ਯੂਨੀਫੋਰਮ ਦੇ ਵਿੱਚ। ਦੇਅਰ ਵਾਜ਼ ਨੋ ਬਾਜ਼ਾਰ ਇਨ ਦਾ ਵਸਿੰਚੀ ਵੇਅਰ ਵਨ ਵੁੱਡ ਗੋ ਇਨ ਮੁਫਤੀ। ਉੱਥੇ ਬਾਜ਼ਾਰ ਵੀ ਕੋਈ ਨਹੀਂ ਸੀਗਾ ਜਿੱਥੇ ਮੁਫਤੀ ਪਾ ਕੇ ਉਹ ਜਾ ਸਕਣ। ਵਨ ਨੈਵਰ ਰੈਨ ਇਨ ਟੂ ਐਨੀ ਵਨ ਫਰੋਮ ਵਨਸ ਵਿਲੇਜ ਔਰ ਟਾਊਨ। ਕੋਈ ਵੀ ਆਪਣੇ ਘਰ ਜਾਣ ਦੀ, ਕੋਈ ਵੀ ਆਪਣੇ ਪਿੰਡ ਜਾਂ ਸ਼ਹਿਰ ਤੋਂ, ਕੋਈ ਵੀ ਬੰਦਾ ਪਿੰਡ ਜਾਂ ਸ਼ਹਿਰ ਤੋਂ ਨਹੀਂ ਮਿਲਦਾ। ਐਂਡ ਸੋ ਵੈਨ ਇਟ ਵਾਜ਼ ਮਾਨ ਸਿੰਘ ਟਰਨ ਟੂ ਗੋ ਔਨ ਲੀਵ, ਕਰਮ ਸਿੰਘ ਫੈਲਟ ਕੁਆਇਟ ਐਨਵੀਅਸ। ਅਤੇ ਜਦੋਂ ਮਾਨ ਸਿੰਘ ਦੀ ਛੁੱਟੀ ਲੈਣ ਦੀ ਵਾਰੀ ਆਉਂਦੀ ਤਾਂ ਕਰਮ ਸਿੰਘ ਬੜੀ ਈਰਖਾ ਮਹਿਸੂਸ ਕਰਦਾ। ਹਾਓ ਹੀ ਵਿਸ਼ਡ ਹੀ ਕੁੱਡ ਆਲਸੋ ਗੈਟ ਲੀਵ। ਉਹ ਸੋਚਦਾ ਕਿ ਉਹ ਕਿਸ ਤਰ੍ਹਾਂ ਛੁੱਟੀ ਲੈ ਸਕਦਾ। ਇਸ ਪੈਰੇ ਦੇ ਵਿੱਚੋਂ ਤੁਸੀਂ ਕਰਮ ਸਿੰਘ ਦਾ ਕਰੈਕਟਰ ਸਕੈਚ ਦੇ ਸਕਦੇ ਹੋ। ਔਰ ਨੈਕਸਟ ਮਾਨ ਸਿੰਘ
then they could go together. फिर वो कट्ठे चले जाते. How he wished he could also get leave. Then they could go together. फिर वो कट्ठे जा सकते सन. They could perhaps pass the holiday together. शायद वो कट्ठे छुट्टी बिता सकते सन. चूरकाना was not after all so far away from अमृतसर. चूरकाना पिंड अमृतसर तो इन्ना दूर नहीं सी. A bare 50 miles separated them. सिर्फ 50 मील की दूरी पर सी. Although one was in the area known as Majha, ਅਤੇ ਮਾਝੇ ਦੇ ਏਰੀਆ ਵਿੱਚ ਸੀ, ਐਂਡ ਦਾ ਅਦਰ ਇਨ ਬਾਰ, ਅਤੇ ਦੂਸਰਾ ਬਾਰ ਦੇ ਵਿੱਚ ਸੀ. ਵਨ ਵਿਦ ਰੂਟਸ ਇਨ ਦਾ ਪਾਸਟ ਐਂਡ ਅਦਰ ਸਟਿਲ ਯੰਗ ਹੈਵਿੰਗ ਰੀਸੈਂਟਲੀ ਡਿਵੈਲਪਡ. ਇੱਕ ਦੀਆਂ ਜੜ੍ਹਾਂ ਅਤੀਤ ਦੇ ਵਿੱਚ ਸਨ ਅਤੇ ਦੂਜਾ ਵਿਕਾਸ ਕਰ ਰਿਹਾ ਸੀ. ਬਟ ਲੀਵ ਇਨ ਦੋਜ ਡੇਜ਼ ਵਾਜ਼ ਡਿਫੀਕਲਟ ਟੂ ਓਬਟੇਨ. ਉਹਨਾਂ ਦਿਨਾਂ ਵਿੱਚ ਛੁੱਟੀ ਲੈਣੀ ਬੜੀ ਔਖੀ ਸੀ. ਓਨਲੀ ਰੇਅਰਲੀ ਡਿਡ ਸਮ ਲੱਕੀ ਪੀਪਲ ਗੈਟ ਇਟ. ਕੁਛ ਕਿਸਮਤ ਲੋਕ ਹੀ ਛੁੱਟੀ ਅਵੇਲ ਕਰਦੇ. ਜਸਟ ਐਸ ਰੇਅਰਲੀ ਐਸ ਸਮ ਲੱਕੀ ਸੋਲਜਰ ਗੋਟ ਦਾ ਓਪਰਚੁਨਿਟੀ ਆਫ ਸ਼ੋਇੰਗ ਗਲੈਂਟਰੀ ਐਂਡ ਵਿਨਿੰਗ ਮੈਡਲ. ਜਿਸ ਤਰ੍ਹਾਂ ਕਿ ਕੁਛ ਕਿਸਮਤ ਲੋਕ ਮੈਡਲ ਜਿੱਤਦੇ ਆ ਅਤੇ ਬਹਾਦਰੀ ਦਿਖਾਉਂਦੇ ਆ. ਐਂਡ ਵੈਨ ਮਾਨ ਸਿੰਘ ਗੋਟ ਇਨ ਟੂ ਦਾ ਮਿਲਟਰੀ ਟਰੱਕ ਟੂ ਕਮ ਅਵੇ. ਮਾਨ ਸਿੰਘ ਮਿਲਟਰੀ ਟਰੱਕ ਵਿੱਚ ਆਇਆ. ਕਰਮ ਸਿੰਘ ਗੇਵ ਹਿਮ ਦਾ ਪਾਰਟਿੰਗ ਮੈਸੇਜ. ਕਰਮ ਸਿੰਘ ਨੇ ਉਸਨੂੰ ਅਲਵਿਦਾ ਕਹਿੰਦੇ ਹੋਏ ਸੁਨੇਹਾ ਦਿੱਤਾ. You must go to my village and see my people before you return. Tu mere pind jayi te mere lokan nu mili mere apne aan to pehla. They will be very happy to see you. Oh tenu dekh ke khush honge. You can give them news of me. Tu unnan nu meri khabar de sakda hai. They will feel as if I have met them. Oh aisa mehsoos karnge jive main unnan nu milya hova. And then when I see you and get a news of them from you, it would be so much like seeing them personally. ਜਦੋਂ ਮੈਨੂੰ ਤੇਰੇ ਤੋਂ ਉਹਨਾਂ ਦੀ ਖਬਰ ਮਿਲੀ ਤਾਂ ਮੈਨੂੰ ਅਜਿਹਾ ਲੱਗੇਗਾ ਕਿ ਮੈਂ ਉਹਨੂੰ ਆਪ ਮਿਲਦੇ ਹਾਂ. Then to rouse Man Singh's interest in the geography of his village, he said, have you seen that end before? ਵਿੱਚ ਵਧਾਉਣ ਲਈ ਉਸਨੂੰ ਪੁੱਛਿਆ ਕਿ ਕੀ ਤੂੰ ਪਹਿਲਾਂ ਉੱਧਰ ਗਿਆ ਹੈ. No, he answered. I have passed through Amritsar but never gone beyond. ਮੈਂ ਅੰਮ੍ਰਿਤਸਰ ਵਿੱਚੋਂ ਲੰਘਿਆ ਹਾਂ, ਬਹੁਤੀ ਦੂਰ ਨਹੀਂ ਗਿਆ. ਉਹ ਦੇਆਰ ਆ ਨੰਬਰ ਆਫ ਗੁਰਦੁਆਰਾ ਸਕੈਟਰਡ ਆਲ ਓਵਰ ਦਾ ਕੰਟਰੀ ਸਾਈਡ. ਤਰਨ ਤਾਰਨ, ਖਡੂਰ ਸਾਹਿਬ ਐਂਡ ਗੋਇੰਦਵਾਲ. ਉਸ ਇਲਾਕੇ ਵਿੱਚ ਕਾਫੀ ਗੁਰਦੁਆਰੇ ਤਰਨ ਤਾਰਨ, ਖਡੂਰ ਸਾਹਿਬ ਅਤੇ ਗੋਇੰਦਵਾਲ ਵਿੱਚ ਹਨ. ਯੂ ਕੈਨ ਵਿਜ਼ਿਟ ਆਲ ਦੀਜ਼ ਐਂਡ ਦੈਨ ਆਲਸੋ ਸੀ ਮਾਈ ਪੀਪਲ. ਫਿਰ ਤੂੰ ਉੱਥੇ ਗੁਰਦੁਆਰਾ ਸਾਹਿਬ ਜਾਈਂ ਅਤੇ ਮੇਰੇ ਲੋਕਾਂ ਨੂੰ ਮਿਲ ਕੇ ਆਈ. ਆਈ ਵਿਲ ਰਾਈਟ ਟੂ ਦੈਮ. ਮੈਂ ਉਹਨਾਂ ਨੂੰ ਲਿਖਾਂਗਾ. ਕਰਮ ਸਿੰਘ ਵੈਂਟ ਔਨ ਹਿਜ ਐਨਥੂਜ਼ੀਆਸਟਿਕ ਸੈਲਫ ਇਨਗਰੋਸਡ ਮੈਨਰ. ਕਰਮ ਸਿੰਘ ਜੋਸ਼ ਭਰੇ ਅਤੇ ਖੁਦ ਮਗਨ ਤਰੀਕੇ ਦੇ ਵਿੱਚ ਬੋਲਦਾ ਰਿਹਾ. ਦੈਟਸ ਵਾਈ ਮਾਨ ਸਿੰਘ ਵਾਜ਼ ਨਾਓ ਗੋਇੰਗ ਇਨ ਅ ਟੋਂਗਾ ਟੂ ਕਰਮ ਸਿੰਘ ਵਿਲੇਜ ਟੁਆਰਡ ਦਾ ਕਲੋਜ਼ ਆਫ ਹਿਸ ਹੋਲੀਡੇ. ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਸਨ ਅਤੇ ਮਾਨ ਸਿੰਘ ਇਸ ਮਾਨ ਸਿੰਘ ਬਾਪੂ ਜੀ ਫਰੋਮ ਚੂੜਖਾਨਾ. ਬਾਪੂ ਜੀ ਮੈਂ ਮਾਨ ਸਿੰਘ ਹਾਂ ਚੂੜਖਾਨਾ ਤੋਂ. ਮਾਨ ਸਿੰਘ ਜੁਆਇੰਡ ਹਿਸ ਹੈਂਡ ਇਨ ਰਿਸਪੈਕਟ ਐਜ਼ ਹੀ ਗ੍ਰੀਟਡ ਦਾ ਓਲਡ ਮੈਨ ਸਿਟਿੰਗ ਇਨ ਦਾ ਪੋਰਚ ਆਫ ਕਰਮ ਸਿੰਘ ਹਾਊਸ. ਮਾਨ ਸਿੰਘ ਨੇ ਉਸ ਆਦਮੀ ਦੇ ਸਨਮਾਨ ਵਜੋਂ ਹੱਥ ਜੋੜੇ ਜਿਹੜਾ ਬਜ਼ੁਰਗ ਕਰਮ ਸਿੰਘ ਦੇ ਘਰ ਦੀ ਡਿਊਟੀ ਵਿੱਚ ਬੈਠਾ ਹੋਇਆ ਸੀ. ਦਿਸ ਇਜ਼ ਆਂਸਰ ਟੂ ਦਾ ਫੋਰਥ ਕੁਐਸਚਨ. ਹੂ ਡਿਡ ਮਾਨ ਸਿੰਘ ਮੀਟ ਫਸਟ ਔਨ ਐਂਟਰਿੰਗ ਕਰਮ ਸਿੰਘਸ ਹਾਊਸ? ਮਾਨ ਸਿੰਘ, ਕਮ ਟੇਕ ਯੂਅਰ ਸੀਟ, ਵੈਲਕਮ ਟੂ ਯੂ, ਸੈਡ ਦਾ ਓਲਡ ਮੈਨ ਵਿਦ ਐਨ ਏਅਰ ਆਫ ਪ੍ਰੀ ਓਕੂਪੇਸ਼ਨ. ਆਓ ਬੈਠੋ, ਬਜ਼ੁਰਗ ਆਦਮੀ ਨੇ ਵਿਚਾਰਾਂ ਅੰਦਰ ਗੁਆਚੇ ਹੋਏ ਨੇ ਕਿਹਾ. ਪ੍ਰੀ ਓਕੂਪੇਸ਼ਨ ਮੀਨਿੰਗ ਪਹਿਲਾਂ ਹੀ ਕਿਸੇ ਵਿਚਾਰ ਵਿੱਚ ਖੋਇਆ ਹੋਇਆ. ਮਾਨ ਸਿੰਘ ਵਾਕਡ ਇਨ ਐਂਡ ਸੈਟ ਔਨ ਅ ਸਮਾਲ ਸਿੰਗ ਬੈਡ. ਮਾਨ ਸਿੰਘ ਅੰਦਰ ਚਲਾ ਗਿਆ ਅਤੇ ਇੱਕ ਛੋਟੀ ਜਿਹੀ ਨਵਾਉਣ ਵਾਲੀ ਮੰਜੀ 'ਤੇ ਬੈਠ ਗਿਆ. ਦ ਓਲਡ ਮੈਨ ਲੁੱਕ ਓਬਵੀਅਸਲੀ ਪਰਟਰਬ. ਬਜ਼ੁਰਗ ਆਦਮੀ ਸਪਸ਼ਟ ਤੌਰ 'ਤੇ ਡਿਸਟਰਬ ਦਿਖਾਈ ਦੇ ਰਿਹਾ ਸੀ. ਐਟ ਮਾਨ ਸਿੰਘ ਅਰਾਈਵਲ, ਮਾਨ ਸਿੰਘ ਦੇ ਪਹੁੰਚਣ ਨਾਲ, ਹਿਜ਼ ਆਈਜ਼ ਵਾਂਡਰਡ ਅਵੇ ਫਰੋਮ ਹਿਜ਼ ਫੇਸ. ਉਸ ਦੀਆਂ ਅੱਖਾਂ ਉਸਦੇ ਚਿਹਰੇ ਤੋਂ ਇੱਧਰ ਉੱਧਰ ਹੋਈਆਂ. ਐਂਡ ਦੈਨ ਫਰੋਜ਼ ਇਨ ਟੂ ਅ ਫਿਕਸਡ ਲੋ ਗੇਜ਼ ਔਨ ਦਾ ਗਰਾਊਂਡ. ਅਤੇ ਫਿਰ ਜ਼ਮੀਨ ਵੱਲੋਂ ਟਿਕਟਕੀ ਲਗਾ ਕੇ ਦੇਖਣ ਲੱਗ ਪਿਆ. ਮਾਨ ਸਿੰਘ ਵਾਜ਼ ਬਾਈ ਨੋ ਮੀਨਸ ਆਫ ਐਨ ਇੰਪੇਸ਼ੀਐਂਟ ਡਿਸਪੋਜੀਸ਼ਨ. ਮਾਨ ਸਿੰਘ ਸੁਭਾਅ ਦਾ ਬੇਸਬਰਾ ਨਹੀਂ ਸੀ. ਬੀ ਹੈਲਪਫੁਲ ਇਨ ਰਾਈਟਿੰਗ ਮਾਨ ਸਿੰਘ ਕਰੈਕਟਰ ਸਕੈਚ, ਬਟ ਹੀ ਥਾਊਟ ਰਾਦਰ ਕੇਅਰ. ਪਰ ਉਸਨੂੰ ਇਹ ਉਸ ਵਕਤ ਬੜਾ ਅਜੀਬ ਲੱਗਾ. ਫਾਰ ਅ ਮੂਮੈਂਟ ਹੀ ਪਰਸੂਏਡਡ ਹਿਮਸੈਲਫ ਦੈਟ ਦਾ ਓਲਡ ਮੈਨ ਵਾਜ਼ ਨੋਟ ਕਰਮ ਸਿੰਘ ਫਾਦਰ. ਇੱਕ ਪਲ ਲਈ ਉਸਨੇ ਸੋਚਿਆ ਕਿ ਬਜ਼ੁਰਗ ਆਦਮੀ ਕਰਮ ਸਿੰਘ ਦਾ ਪਿਤਾ ਨਹੀਂ ਹੈ. ਯੂਅਰ ਕਰਮ ਸਿੰਘ ਫਾਦਰ? ਮਾਨ ਸਿੰਘ ਆਸਕਡ ਐਟ ਲਾਸਟ ਡਿਮਾਂਡਿੰਗ ਐਸ ਇਟ ਵਰ ਲਿਟਲ ਮੋਰ ਅਟੈਨਸ਼ਨ. ਅਖੀਰ ਵਿੱਚ ਮਾਨ ਸਿੰਘ ਨੇ ਪੁੱਛਿਆ ਜਿਸ ਤਰ੍ਹਾਂ ਕਿ ਹੋਰ ਥੋੜ੍ਹਾ ਜਿਹਾ ਧਿਆਨ ਚਾਹੁੰਦਾ ਹੋਵੇ. ਯੈਸ, ਦਿਸ ਇਜ਼ ਕਰਮ ਸਿੰਘ ਹਾਊਸ. ਹਾਂ, ਇਹ ਕਰਮ ਸਿੰਘ ਦਾ ਘਰ ਹੈ. ਡਿਡ ਹੀ ਰਾਈਟ ਟੂ ਯੂ ਅਬਾਊਟ ਮੀ? ਕੀ ਉਹਨੇ ਮੈਨੂੰ ਤੁਹਾਨੂੰ ਮੇਰੇ ਬਾਰੇ ਦੱਸਿਆ? ਯੈਸ, ਹੀ ਡਿਡ. ਹੀ ਰੋਟ ਦੈਟ ਯੂ ਕਮ ਐਂਡ ਸੀ ਅਸ. ਉਸਨੇ ਦੱਸਿਆ ਸੀ ਕਿ ਤੁਸੀਂ ਸਾਨੂੰ ਮਿਲਣ ਆਉਂਗੇ. ਦਾ ਓਲਡ ਮੈਨ ਗੋਟ ਅਪ ਐਜ਼ ਹੀ ਅਟਰਡ ਦੀਜ ਵਰਡਸ ਐਂਡ ਵਾਕਡ ਅਵੇ ਟੂ ਦਾ ਕੋਰਟਯਾਰਡ. ਬਜ਼ੁਰਗ ਆਦਮੀ ਨੇ ਜਦੋਂ ਇਹ ਸ਼ਬਦ ਬੋਲੇ ਉਹ ਉੱਠਿਆ ਅਤੇ ਉਹ ਵਿਹੜੇ ਵਿੱਚ ਚਲਾ ਗਿਆ. ਹੀ ਅਨਫਾਸਨਡ ਅ ਬਫਾਲੋ ਕਾਫ ਫਰੋਮ ਵਨ ਬਫੈਲੋ ਕਾਫ ਮੀਨਿੰਗ ਕੱਟਾ. ਉਸਨੂੰ ਅਨਫਾਸਨ ਮੀਨਿੰਗ ਖੋਲ੍ਹਿਆ
एक खुरली तो तो एंड टाइड इट टू ते दूसरी खुरली ते बांध दिता। ही स्टार्टेड पेटिंग द एनिमल एंड गेव इट हिज हैंड टू लिक। उन्हें जानवर नु थप्त पाया ते अपना हाथ चटाउन लगा। देन ही वेंट इनसाइड टू अनाउंस मान सिंह अराइवल एंड आस्क्ड फॉर टी टू बी सेंट टू हिम। फिर उसने अंदर जाके मान सिंह दे आने बारे ते क्या कि उन्होंने चाह भेजी जाए। एंड एज इफ ही फियर कमिंग बैक टू द पोर्च अगेन। इस तरह लगता से जिमें ड्यूटी विच दोबारा आने तो डर रहा होवे। ही पास्ड इन द कोर्टयार्ड वेड़े विच ही रुक गया। पोर्च मीनिंग ड्यूटी और कोर्टयार्ड वेड़ा। दिस टाइम नियर द मेयर। इस बार वह घोड़े दे नेड़े सी। ही टर्नड अप द चैफ इन फ्रंट ऑफ हर एंड पुट इन सम मोर ग्रैम। उस तूड़ी उसके सामने की उस होर छुले पाए। दैन ही केम टू द पोर्च। तो वेड़े विच आया बट इट सीम लॉस्ट एज बिफोर। पर पहला इसी तरह ही गुआचा होया सी। वेयर इज दिस वन सिंह। आस्क मान सिंह टू ब्रेक द ऑकवर्ड साइलेंस। इस अजीब चुप न तोड़न लई मान सिंह ने पूछा जसवंत सिंह कित्थे है। ही न्यू दैट करम सिंह हैड अ यंगर ब्रदर। उसनों पता सी कि करम सिंह का एक छोटा भरा है। ऑन नाउ फिफ्थ क्वेश्चन हू वाज जसवंत सिंह। जसवंत सिंह वाज करम सिंह यंगर ब्रदर। ही विल बी हेयर प्रेजेंटली विद अ कार्ड लोड ऑफ फोर्डर। लोड मीनिंग गड्ढा, फोर्डर मीनिंग पठिया का। वह पठिया का गड्ढा लैके आ जाएगा। मीनवाइल करम सिंह मदर पॉट पिंटी। इन्नी देर च करम सिंह दी माता जी चाह लैके आ गए। सत श्री अकाल बीजी। देयर वॉज अ नोट ऑफ फिलियर कॉर्डियलिटी इन मान सिंह वर्ड्स। श्री अकाल बीजी। मान सिंह दे शब्दों दे विच फिलियर कॉर्डियलिटी मीनिंग परिवारक प्यार सी। हैंड्स लिप्स क्यूर्ड। बुजुर्ग और दे बुल हिले। एंड इट पीयर्ड एज इफ शी वुड से समथिंग। लगता से वो कुछ कहे बट शी डिडंट। पर उसने कुछ ना किया। मान सिंह टुक द टी आर एंड कप फ्रॉम हर। मान सिंह ने उस चाह वाला भांडा तो कप ले लिया। एंड शी वेंट बैक। तो वह वापस चली गई। दीज मजैल्स आर स्ट्रेंज पीपल सैड मान सिंह टू हिमसैल्फ। मान सिंह ने अपने आप में कहा मजैल अजीब तरह के लोग है। ही फेल डीपली कटअप। वह बुरी तरह कटअप मीनिंग दुखी महसूस कर रहा है या अलग महसूस कर रहा है। ही हाउ कुड नॉट रीट्रेस हिज फुटस्टेप्स नाउ। पर हुण वह वापस भी नहीं जा सकता सी। रीट्रेस वापस जाना। वेल आई विल स्टे फॉर द नाइट। ठीक है मैं एक रात ठहर जावगा। आई हैव टू मैनू अजिहा करना पवेगा। एंड दैन लीव अर्ली इन द मॉर्निंग ही डिसाइडेड। फिर उसने डिसाइड किया कि मैं सवेरे जल्दी चला जावगा। एंड नाइट वैन जसवंत सिंह अराइव द टॉक बिकेम लिटल मोर इनफॉर्मल। तो जदों रात नूं जसवंत सिंह आया तो उन्हां दी गलबात थोड़ी जी खुल गई। वेरी फेमस इज करम सिंह बुलेट इन दिस बर्मा वार। करम सिंह दी गोली इस बर्मा दी लड़ाई विच प्रसिद्ध है। लेट हिम पुल द ट्रिगर एंड डाउन कम्स अ जैपनीज़। जदों गोली चलाउंदा तो एक जपानी डिग जांदा सी। फ्रॉम वेयर वी नो नॉट। सानू नहीं पता कित्थों। गोइंग अप विद हिम वी नैवर नो हाउ ही स्पोर्टेड हिम। उस असी नाल जाते सी सानू नहीं पता सी दुश्मन फौजी नू किवें लभ लैंदा सी। एंड दिस इज आंसर टू सिक्स क्वेश्चन। वट डिड मान सिंह टैल करम सिंह फैमिली अबाउट द लेटेस्ट वार स्किल्स। सिंह पॉज्ड होपिंग दैट ही वुड बी आस्क मैनी मोर क्वेश्चन अबाउट करम सिंह। मान सिंह चुप हो गया ये सोच के कि करम सिंह बारे होर गल्लां पुछियां जाणगियां। द जैपनीज़ एंड द वॉर जापानियाँ बारे तो युद्ध बारे। ही वॉज फुल ऑफ न्यूज़। उसके कोल बहुत खबर सन। ही वॉन्टड टू टेक द वेट ऑफ हिज चैसट। वो अपने दिल का भार हौला करना चाहता सी। बट हैड नोबडी केयर टू लिसन टू हिम। पर कोई उसनों सुनता नहीं सी। नो नोबडी वॉज इंट्रस्टड। कोई दिलचस्पी नहीं लै रहा। वी गैट अवर कैनल वाटर नैक्सट। जसवंत साड़ी अगली बारी पानी दी कदों है। आस्क द फादर आफ्टर रादर प्रोलोंग डल इंटरवल। उसके पिता ने काफ़ी लंबे समय तो बाद पूछा। द डे आफ्टर टुमारो परसों एट 3 o'clock इन द मॉर्निंग सवेरे 3 बजे। दिस रेफरेंस टू टाइम गे मान सिंह अनदर अपॉर्चुनिटी टू टेक अप द थ्रेड ऑफ हिज टॉक। इस गलबात ने मान सिंह एक होर मौका दिता कि वो अपनी गलबात जारी रखे। थ्रेड ऑफ हिज टॉक गलबात जारी रख। जैस करम सिंह इन द आर्मी इज एट लीस्ट पेयर्ड दिस बॉर्डर ऑफ राइजिंग। हाँ करम सिंह फौज विच जल्दी उठन तो गया है। ही लव्स इज मॉर्निंग स्लीप एंड इज ऑलवेज लास्ट अमंग देयर टू गैट अप। वह अपना सवेरे सोना पसंद करता है अते साढ़े सारियां तो बाद विच हो उठता है। कू टॉक ऑफ हिज फ्रेंड सीजलैसली। मान सिंह अपने दोस्त बारे बिना रुके बोल सकता सी। टायरलैसली बिना थके हुए। बट ईवन दिस लास्ट मार्क ऑफ हिज फेल
टू अराउज एनी विजिबल इंटरस्ट मंग हिज ऑडियंस, पर इस गल के बावजूद भी अपने स्रोतियों में कोई विजिबल नज़र आने की दिलचस्पी ना जगा सकया। द फूड केम, भोजन आ गया। देयर आर स्पैशल डिशिज मेड फॉर हिम, उसलिए स्पैशल खाना बनाया गया। जसवंत कैप्ट वेविंग अ फैन एज ई ए, जिमें वह खाँदा सी जसवंत सिंह पक्खा फीलिंग। मान सिंह सम वट गोट ओवर द फीलिंग, मान सिंह ने कुछ अपनी इस गल के उपर काबू पा लिया कि उस वल ज़्यादा ध्यान नहीं दिता गया सी। एज ही वॉज फिनिशिंग द मील, जिमें खाना खत्म कर लगा, करम सिंह लिटसन स्लोली वॉकड अप टू वेयर ही सैट, हौली हौली करम सिंह का छोटा लड़का उत्थे आ गया जिथे बैठा सी। इफ ही कुडंट टॉक ऑफ करम सिंह टू एनी वन एल्स इन द फैमिली, ही कुड एटलीस्ट टॉक टू द चाइल्ड, जो परिवार में करम सिंह बारे किसी होर नाल गल नहीं सी कर सकता तो घट्टो घट्ट वह बच्चे नाल गल कर सकता सी। एंड दिस इज आंसर टू सेवंथ क्वेश्चन, विच वर्ड्स ऑफ मान सिंह पाएस्ट करम सिंह फादरस हार्ट, किहड़े शब्दां ने उसके फादर के दिल में चुभ गए। लिफ्टिंग हिम अप टू हिज लैप ही सैड, उसने अपनी गोदी में उठा के गया, वुड यू गो टू योर फादर, कम विद मी, कि तू अपने पिता को मेरे नाल चलेगा, मेरे नाल आ जा। इफ यू वुड, कि तू जाएगा, इफ रेन्स अ ग्रेट डील देयर एंड यू विल हैव प्लेंटी ऑफ वॉटर टू प्ले इन, उत्थे काफ़ी वर्खा होंगी है तो तेनों काफ़ी पानी खेलने लिए मिल जाएगा। मान सिंह वर्ड सीम टू पाएस द ओल्ड मैनस हर्ट, मान सिंह के शब्दों ने बुढ़े आदमी का दिल चीन, एंड दीज वर्ड पाएस द ओल्ड मैनस हर्ट, टेक कर दिता, टेक अवे द चाइल्ड ही शाउटेड, लै वो चिल्लाया बच्चे नूं लै जाओ, कीप हिम देयर, ही वॉन्ट लैट हिम ईट इन पीस, उसनों शांति नाल नहीं खान देगा। द मदर केम एंड कैरी द चाइल्ड अवे, उसकी माँ आई है तो बच्चे नूं लै गई। मान सिंह फूड स्टक इन हिज थ्रॉट, मान सिंह का खाना उसके गले में अटक गया। ही फेल्ट स्टाइफल एंड कुडंट ब्रीथ इन द एटमोसफेयर ऑफ दैट होम, उसने अपना सह रुकिया महसूस किया, स्टाइफल मीनिंग सह रुकिया महसूस किया, इस वातावरण के सह नहीं लै सकता सी। दैन ही स्टार्टड मेकिंग इनकुआरीज अबाउट इज मॉर्निंग जर्नी, यात्रा बारे पूछना शुरू कर दिता। हाउ फार इज तरन तारण फ्रॉम हेयर, इतों तरन तारण कितनी दूर है, नीयरली 4 miles, एंड दिस इज आंसर टू 8th क्वेश्चन, हाउ फार वॉज तरन तारण फ्रॉम करम सिंह विलेज, विल आई गैट अ टोंगा अर्ली इन द मॉर्निंग, कि मैं जल्दी सवेरे टोंगा मिल जाएगा। डोंट वरी अबाउट दैट, उस बारे चिंता ना करो, यू शुड सेंड जसवंत विद यू एंड दैन यू टू ब्रदर्स कैन विजिट ऑल दीज प्लेसिज, असी तेरे भरा जसवंत नूं तेरे नाल भेज देंगे, फिर तुसीं इन्हां सारियां जगह ते जा सकते हो। दिस रादर प्लीज्ड मान सिंह, इस नाल मान सिंह नूं खुशी हुई, फॉर जसवंत वॉज नॉट सच अ रिजर्व्ड सॉर्ट, जसवंत सिंह ज़्यादा चुप रहने वाला बंदा नहीं सी। बट वंस आउट विद मान सिंह हिज लिप्स वर आलसो स्वीट, पर एक बार मान सिंह नाल बाहर गया जदों तो उसके बुल भी सीते गए। इफ ही मैट ए फ्रेंड और अक्वेटेंस, ही वुड मटर अ डिस्टेंट ग्रीटिंग एंड वॉक ऑन, जो किसी दोस्त जां किसी जान पहचान वाले नूं मिलदा तां एक बार उसनूं वाकफ नूं जां जान पहचान मिलदा ओ दूरों ही उसनूं आउंदा अते अगे चल पैंदा। मान सिंह वांट टू स्टॉप एंड टॉक टू पीपल, मान सिंह रुकना चाहुंदा सी लोकां नाल गल करना, आफ्टर ऑल ही वुड नॉट बी विजिटिंग दीज प्लेसिस सो ऑफ्टन, आखिर वो इन्हां थावां ते अक्सर नहीं आएगा। करम सिंह हैज़ वन हिमसेल्फ सच अ नेम इन द आर्मी, करम सिंह दा आर्मी में इन्ना नाम से, वाई डिडंट यू ऑलसो ज्वाइन, मान सिंह रीओपन द टॉपिक, मान सिंह ने फिर कहा कि तू क्यों नहीं ज्वाइन किया। जसवंत वाज स्टार्टेड, जसवंत शुरू हो गया, ही कलैक्टेड हिमसेल्फ, उसने हौसला किया एंड सैड इज वन इनफ इन द आर्मी, कहिंदा इक्को बंदा आर्मी दे विच बहुत है। एक हाउ हाई इज़ द शुगरकेन क्रॉप नाउ ऑन यूर साइड, आस जसवंत, जसवंत ने पूछा हुण तुहाडे वल गन्नियां की फसल किन्नी उच्ची हो गई। पासिंग थ्रू अ फार्म, एक खेत के विचों लंघते हुए ने पूछा, इस स्टैंड टॉलर दैन द हाइट ऑफ अ मैन, यह एक आदमी की ऊंचाई तो ज़्यादा है। बट मान सिंह हार्ट वॉज एल्स वेयर, ही वॉन्ट टॉक ऑफ हिज फ्रेंड एंड ऑफ नथिंग एल्स, मान सिंह तो अपने दोस्त बारे गल करना चाहता सी अते होर कोई। रिटर्निंग होम, मान सिंह प्लान हिज जर्नी बैक टू हिज विलेज, घर वापस आके मान सिंह ने वापस यात्रा की सोची। ही थाउट ही वुड टेक द नाइट ट्रेन एट अमृतसर, उसने सोचा कि अमृतसर तो रात की ट्रेन ले लेगा। ऑल्दो एवरीवन हैड डन हिज बेस्ट टू मेक हिम कंफर्टेबल, भावें सब ने पूरी कोशिश की उसनों आराम दिला, ही हैड इंजॉय द विजिट मच लैस दैन ही हैड एक्सपैक्टेड, पर जिन्ना उसने सोचा सी उस तो घट उसने इस विजिट नू इंजॉय किया। इवन नो वेन टी वॉज बीइंग प्रिपेयर फॉर हिम, ही सैट इन द पोर्च ऑल बाय हिमसैल्फ, हुण जदों चाह बनाई जा रही सी तां ड्योड़ी विच
अकेला ही बैठ गया। ही वॉज लुकिंग आउट इन द स्ट्रीट एंड सॉ द पोस्टमैन। उसने बाहर गली विच देखा तो पोस्टमैन आया विद द बैग स्लंग अक्रॉस हिज शोल्डर। उसके मोढ़े ते बैग लटकाया। ही अपीयर टू पास लॉन्ग, लगता सी कि वह लंघ जाएगा, बट टर्नड इन अंदर मुड़िया एंड टुक हिज सीट ऑन द चारपाई बाय द साइड ऑफ मान सिंह। तो मान सिंह के साइड पर आके बैठ गया। वट हैव यू ब्रॉट, तुसी की लैके आए हो? वट कैन इट बी, ये की हो सकता है? इट मस्ट बी पेपर कंसर्निंग पुअर करम सिंह पेंशन। ये करम सिंह की पेंशन के पेपर हो। दिस इज आंसर टू 9th क्वेश्चन। पोस्टमैन ब्रिंग पेपर कंसर्निंग करम सिंह पेंशन। करम सिंह पेंशन, वट डू यू मीन? हैज़ करम सिंह बीन किल्ड, की करम सिंह मारिया गया? डोंट यू नो, तेनों नहीं पता? ईवन द ट्रीज एंड बर्ड्स ऑफ दिस विलेज आर मॉर्निंग फॉर करम सिंह। मॉर्निंग मीनिंग दुखी होना, अफसोस करना। इस पिंड के दरख्त के पंछी भी उसका दुख प्रगट कर रहे हैं। एंड यू सिटिंग इन हिज हाउस आस्क इफ ही हैज़ बीन किल्ड, अते तू उसके घर में बैठा पूछ रहा है। द लैटर अराइव 15 days ago, 15 days होए चिट्ठी आई नो। मान सिंह फेल्ट चॉक्ड इन हिज ब्रेस्ट एंड मान सिंह का गला अते छाती रुक गए। एंड इज बॉडी वॉज सीज्ड बाय अ सडन नंबनैस, अते उसका शरीर अचानक सुन गया। दिस इज आंसर टू 10th क्वेश्चन। वट वॉज द इफेक्ट ऑफ करम सिंह डैथ ऑन मान सिंह, कि जो बैनी केम द दो एंड फ्लड्स ऑफ टीयर्स रश टू हिज आईज। दो मीनिंग पसीज जाना, दिल एंड फ्लड्स ऑफ टीयर रश टू हिज आईज। उसकी अखा विचों हंजुआ के हड़ बहन लगे। करम सिंह हाउस इज फादर नाउ इन साइड एंड इज लिटल चाइल्ड एडिड द प्रोसैस। करम सिंह के घर में उसका पिता अते हुण अंदर बच्चा इस उसनु होर रवा रहे सन। द फादर सीइंग द पोस्टमैन फ्रॉम इन साइड न्यू दैट दे हैड फेल टू कीप द न्यूज़ फ्रॉम करम सिंह फ्रेंड। उसका पिता अंदरों डाकी नु देख के समझ गया कि वह करम सिंह के दोस्त तो खबर यह लुका के नहीं रख सके। द लोड माइट एज वैल बी थ्रोन ऑफ नाउ, उन्हें भार उतार देना चाहिए। द प्रैशर विच हैड बीन कैप्ट अप फॉर नीयरली 20 hours एट लास्ट ब्रोक लोज। जिहड़ा 24 घंटे तक उन्होंने सबर का बन जिहड़ा दबा रख्या होया सी ओह हुण टुट गया। फॉर अ लोंग वाइल दे सैट टूगैदर मिक्सिंग देयर टीयर्स एवर वाइटनिंग पूल। हुण सारे ओ लंबे समय तक कट्ठे बैठ के हंजुआं दे दरिया नूं भरते रहे। वाई डिडंट यू टैल अस, तुसी सानू क्यों नहीं दस्या? आस्क मान सिंह इन अ हेल्पलैस पैथेटिक टोन। मान सिंह ने एक उदासी मजबूर अते उदासी भरी आवाज़ विच पुछया। वी जस्ट थॉट द बॉयज़ ओनली, असी सोचा कि तू छुट्टी ते है। वाई स्पाइल हिज हॉलीडेज, असी तेरिया छुट्टियां क्यों खराब करिए? दिस इन द क्वेश्चन। वाई डिड द मैंबर्स ऑफ करम सिंह फैमिली नॉट ब्रेक द न्यूज़ ऑफ हिज डैथ टू मान सिंह? ही वुड नो इट वैन ही वेंट बैक टू हिज रेजिमेंट, जो रेजिमेंट में वापस आया वो जान लेगा। आई गैस यू लव योर हॉलीडेज एज मच एज करम सिंह डिड। मैं जानता हाँ तुम छुट्टियां उन्ना प्यार करते हो जिन्ना करम सिंह, परहैप्स मोर, शायद उस तो ज़्यादा। पीपल इन द बार एरिया आर यूज टू अ मोर कंफर्टेबल लिविंग, बार दे लोग ज़्यादा आराम नाल रहिंदे हन। बट वी आर अटरली अनसक्सैसफुल इन कीपिंग इट फ्रॉम यू, पर असी तुहानू आराम नहीं पहुँचा सके, असी सफल नहीं होए। वी आर सॉरी फॉर इट, सानू इसका अफसोस है। ऑन हिज वे बैक मान सिंह आईज रेंज्ड क्यूरियसली ओवर द विल्स विच फॉर्म द एनवायरमेंट इन विच करम सिंह फादर हैड ग्रोन अप। जदों वापस आया मान सिंह दीआं अखां ने बड़ी बेताबी नाल पिंड दा माहौल दिख रही सन जिस करम सिंह दा पिता वड्डा होया सी। देयर आर फोर्स बिल्ट अराउंड दैम फॉर प्रोटैक्शन, उन्होंने पिंड के आले दुआले किले उन्होंने रखा लिए किले। देयर आर टॉम्स एंड उत्थे टॉम्स सीगियां एंड मानो विच इनश्राइंड मैनी आ डैथलैस स्टोरी ऑफ हीरोइक फाइट्स अगेंस्ट द इनवेडर्स ऑफ पा। जिहड़ियां पिछलियां पीढ़ियां विच इन्हां लोकां दीआं भारत ते हमला करन वालियां नाल मरन दीआं कहानियां नूं समाई बैठियां सन। दैट वॉज द सीक्रेट ऑफ द ओल्ड मैन स्ट्रेंथ, यही उस बुजुर्ग आदमी की शक्ति का राज। इज कपैसिटी फॉर अबजॉर्बिंग शॉक्स, यही कारण सी कि सदमे नूं सह सकदा सी। ही कुड वॉलंटरली टेक एडिशनल बर्नस टू स्पेयर एंड अदर परसन डिसकंफर्ट, दूसरे आदमी नूं बेरामी तो बचाउण लई आप भार सहन कर सकदा सी। आंसर टू द 12th क्वेश्चन, इंपॉर्टेंट क्वेश्चन एंड आल्सो द थीम ऑफ द स्टोरी रिवॉल्व अराउंड दिस। आई डिड मान सिंह कंपेयर करम सिंह फादर टू अ बुल हू बोर अपॉन इट सैड द बर्डन ऑफ द होल अर्थ। वो क्यों उसके नाल कंपेयर करता एक बल्द के नाल जिसने सारी धरती का भार चुकया होया सी। मान सिंह हैड हार्ड देयर वॉज अ बुल विच बोर अपॉन इट सैड द बर्डन ऑफ द होल अर्थ। मान सिंह ने सुनया होया सी कि एक बल्द है धरती हेठां जिहड़ा सारी धरती का भार चुकता है, जां दूसरे शब्दों से स्टोरी है धरती हेठला बल्द। करम सिंह फादर अपीयर टू हिम जस्ट एंड अदर सिमिलर बिनेवोलेंट,
ਉਸਨੂੰ ਕਰਮ ਸਿੰਘ ਦਾ ਫਾਦਰ ਉਸੇ ਤਰ੍ਹਾਂ ਦਾ ਕਾਇੰਡ, ਹੈਲਪਫੁਲ ਐਂਡ ਜੈਨਰਸ, ਉਹੀ ਸਪਿਰਿਟ ਸੀ ਉਹਦੇ ਅੰਦਰ। ਦਾਓ ਬੈਂਟ ਅੰਡਰ ਇਟਸ ਓਨ ਪ੍ਰੈਸ ਆਫ ਲੋਡ, ਚਾਹੇ ਉਹ ਆਪਣੇ ਹੀ ਭਾਰ ਦੇ ਭਾਰ ਹੇਠਾਂ ਦੱਬੇ ਹੋਇਆ ਸੀ। ਵਾਜ ਜੈਟ ਵਿਲਿੰਗ ਟੂ ਸ਼ੇਅਰ ਅਦਰ ਪੀਪਲਸ ਬਰਡਨਸ, ਪਰ ਹਜੇ ਵੀ ਲੋਕਾਂ ਦਾ ਭਾਰ ਹਜੇ ਵੀ ਵਡਾਉਣਾ ਚਾਹੁੰਦਾ ਸੀ। ਐਂਡ ਮੋਸਟ ਇੰਪੋਰਟੈਂਟ ਕੁਐਸਚਨ ਇਜ਼ ਫਿਫਥ ਆਫ ਦਾ ਟਾਈਟਲ ਆਫ ਦਾ ਸਟੋਰੀ, ਦਾ ਬੁੱਲ ਬਨੀਥ ਦਾ ਅਰਥ। ਆਈ ਹੈਵ ਟੋਲਡ ਯੂ ਇਨ ਬਰੀਫ ਅਬਾਊਟ ਕਰਮ ਸਿੰਘ, ਮਾਨ ਸਿੰਘ ਐਂਡ ਹਿਸ ਫਾਦਰਸ ਕਰੈਕਟਰ ਸਕੈਚ, ਐਂਡ ਯੂ ਮੇ ਟਰਾਈ ਟੂ ਰਾਈਟ ਦਿਸ ਵਿਦ ਦਾ ਹੈਲਪ ਆਫ ਓਬਜੈਕਟਿਵ ਟਾਈਪ ਕੁਐਸਚਨਸ। ਐਂਡ ਨਾਓ ਫਿਊ ਵਰਡਸ ਅਬਾਊਟ ਦਾ ਟਾਈਟਲ ਆਫ ਦਾ ਸਟੋਰੀ। ਦਾ ਟਾਈਟਲ ਆਫ ਦਾ ਸਟੋਰੀ ਇਜ਼ ਪਰਫੈਕਟਲੀ ਅਪਰੋਪਰੀਏਟ ਐਜ਼ ਦਾ ਸਟੋਰੀ ਰਿਵੋਲਵਸ ਅਰਾਊਂਡ ਦਾ ਗਰੀਫ ਆਫ ਕਰਮ ਸਿੰਘ ਫਾਦਰ। ਅਕੋਰਡਿੰਗ ਟੂ ਦਾ ਐਨਸ਼ੀਅੰਟ ਮਿਥ, ਦਾ ਬੁੱਲ ਬੀਅਰਸ ਦਾ ਇੰਟਾਇਰ ਬਰਡਨ ਆਫ ਅਰਥ ਔਨ ਇਟਸ ਐਂਡ, ਸਿਮਿਲਰਲੀ ਕਰਮ ਸਿੰਘ ਫਾਦਰ ਬੀਅਰਸ ਦਾ ਬਰਡਨ ਆਫ ਦਾ ਟ੍ਰੈਜਡੀ ਆਫ ਹਿਸ ਸਨ ਔਨ ਹਿਮ ਸੈਲਫ। ਐਂਡ ਦਿਸ ਟਾਈਟਲ ਇਜ਼ ਅਕੋਰਡਿੰਗ ਟੂ ਦਾ ਐਨਸ਼ੀਅੰਟ ਮਿਥ, ਧਰਤੀ ਹੇਠਾਂ ਇੱਕ ਬਲਦ ਹੈ ਜਿਹੜਾ ਸਾਰਾ ਭਾਰ ਆਪਣੇ ਸਿਰ 'ਤੇ ਚੁੱਕਦਾ। ਐਂਡ ਯੂ ਕੈਨ ਆਲਸੋ ਜਸਟੀਫਾਈ ਦਾ ਟਾਈਟਲ ਆਫ ਦਾ ਸਟੋਰੀ ਬਾਈ ਗਿਵਿੰਗ ਫਿਊ ਵਰਡਸ ਅਬਾਊਟ ਸਕੈਚ ਆਫ ਕਰਮ ਸਿੰਘ ਫਾਦਰ। ਐਂਡ ਸਟੂਡੈਂਟਸ, ਆਈ ਹੋਪ ਟ੍ਰਾਂਸਲੇਸ਼ਨ ਆਫ ਲੈਸਨ ਵਿਲ ਹੈਲਪ ਯੂ ਇਨ ਸੋਲਵਿੰਗ ਦਾ ਐਕਸਰਸਾਈਜ਼ ਆਫ ਦਾ ਲੈਸਨ। ਆਈ ਅਗੇਨ ਐਡਵਾਈਜ਼ ਯੂ, ਆਈ ਅਗੇਨ ਆਸਕ ਯੂ ਟੂ ਲਿਸਨ ਆਲ ਦੀਸ ਚੈਪਟਰਸ ਇਨ ਡਿਟੇਲ ਐਂਡ ਪਿਓਰਲੀ ਸਕਸੈਸਫੁਲ। ਥੈਂਕਸ, ਹੈਵ ਨਾਈਸ ਟਾਈਮ।